ਪਰੀ ਸੀ ਸੋਚ ਦੇ ਪੰਜਾਬ ਡਿੱਗ ਪਿਆ ਡੂੰਗੀ ਖੱਡ ਕਿਸਾਨਾਂ ਨੇ ਇਸ ਸੰਘਰਸ ਨੇ ਦਿੱਤੇ ਯਾਰੋ ਭਲੇਖੇ ਕੱਢ ਦਿੱਤੇ ਭਲੇਖੇ ਕੱਢ ਨਸਿਆਂ ਨੇ ਪੰਜਾਬ ਖਾ ਲਿਆ ਬਸ ਰਹਿ ਗਏ ਇਕੱਲੇ ਨੇ ਹੱਡ ਸਿਆਸੀ ਲੋਕਾਂ ਵੰਡਾਂ ਪਾਤੀਆਂ ਵੰਡਾਂ ਪਾਤੀਆਂ ਜਾਣਾ ਧਰਮ ਨੇ ਅੱਡੋ ਅੱਡ ਪਰ ਇਕੱਠੇ ਹੋ ਕੇ ਪੰਜਾਬ ਦੇ ਪਰ ਇਕੱਠੇ ਹੋ ਕੇ ਪੰਜਾਬ ਦੇ ਯਾਰੋ ਦਿੱਤੇ ਚੰਡੇ ਨੇ ਗੱਡ ਅੱਜ ਵੀ ਬੀਬੀਆਂ ਵਿੱਚ ਹੈ ਜੋਸ਼ ਹੈ ਅੱਜ ਬੀਬੀਆਂ ਵਿੱਚ ਵੀ ਜੋਸ਼ ਹੈ ਸਾਡੀ ਜਵਾਨੀ ਬਣੀ ਫਲੱਡ ਅੱਜ ਅਣਖ ਨਾ ਮਰੀ ਪੰਜਾਬ ਦੀ ਹਾ ਅੱਜ ਅਣਖ ਨਾ ਮਰੀ ਪੰਜਾਬ ਦੀ ਮੁਖਤਿਆਰ ਐਵੇਂ ਦਿਲ ਨਾ ਸੱਡ ਕਿੱਧਰ ਕਿਹੜੀ ਚੀਜ਼ ਹੈ ਕਿੱਧਰ ਕਿਹੜੀ ਚੀਜ਼ ਹੈ ਸਾਰੇ ਵਾਸਤੇ ਦਿਨੇ ਨੇ ਕੱਢ ਇੱਕ ਪਾਸੇ ਤਾਂ ਮੋਦੀ ਹੈ ਦੂਜੇ ਪਾਸੇ ਸਾਰਾ ਜੱਗ ਚਾਰੋ ਵਿੱਚ ਕਹਿੰਦੇ ਦਿੱਲੀ ਦੇ ਆਪਾਂ ਦੇਣੇ ਨੇ ਚੰਡੇ ਗੱਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਾਂਗਾ ਗੁਰਪ੍ਰੀਤ ਸਿੰਘ ਜੀ ਖਾਸੇ ਵਾਲੀ ਅਤੇ ਉਸ ਤੋਂ ਬਾਅਦ ਜਸਬੀਰ ਸਿੰਘ ਜੀ ਖੇੜੀ ਰਾਜੂ ਬਲਾਕ ਪ੍ਰਧਾਨ ਲੱਖੋਵਾਲ ਉਹ ਵੀ ਤਿਆਰ ਰਹਿਣ ਮੇਰੇ ਬਹੁਤ ਹੀ ਪਿਆਰੇ ਵੀ ਕਿਸਾਨ ਵੀਰੋ ਅਤੇ ਨੌਜਵਾਨ ਕਿਸਾਨ ਵੀਰੋ ਅਤੇ ਮੇਰੀਆਂ ਭੈਣਾਂ ਸਾਰਿਆਂ ਨੂੰ ਮੈਂ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਿਸਾਨੀ ਦੀ ਚੱਲਣ ਰਹੀ ਹੈ ਸੰਘਰਸ਼ ਚੱਲਦੇ ਨੂੰ ਬੜਾ ਚਿਰ ਹੋ ਗਿਆ ਕਾਲੇ ਕਾਨੂੰਨਾਂ ਦੇ ਵੀ ਸਾਰਿਆਂ ਨੂੰ ਘਰੋ ਘਰ ਹੀ ਪਤਾ ਵਾ ਸਿਰਫ ਇਹਨੂੰ ਤੇਜ਼ ਕਰਨ ਦੀ ਲੋੜ ਆ ਤੇਜ਼ ਇਸ ਤਰ੍ਹਾਂ ਹੋ ਸਕਦਾ ਵਾ ਵੀ ਆਪਾਂ ਜਿੰਨੇ ਆਏ ਹਾਂ ਇੱਥੇ ਸਾਰੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨਾਂ ਨੂੰ ਸਾਰਿਆਂ ਨੂੰ ਚਾਹੀਦਾ ਵਾ ਵੀ ਜਿੱਦਾਂ ਵੋਟਾਂ ਆਖਣ ਡੋਰ ਤੋਂ ਡੋਰ ਜਾਈਦਾ ਨਾ ਘਰ ਦੇ ਦਰਵਾਜ਼ੇ ਕੱਢ ਜਾ ਕੇ ਆਵਾਜ਼ ਮਾਰੀਦਾ ਤੂੰ ਭਾਈ ਜਾ ਕੇ ਸਾਨੂੰ ਵੋਟ ਚਾਹੀਦੀ ਆ ਇਸੇ ਤਰ੍ਹਾਂ ਸਾਨੂੰ ਜਾ ਕੇ ਆਪਣੇ ਕਿਸਾਨ ਵੀਰਾਂ ਨੂੰ ਚੰਗੇ ਸਿਆਣੇ ਤਰੀਕੇ ਨਾਲ ਪ੍ਰਚਾਰਕ ਤੌਰ 'ਤੇ ਉਹ ਗੱਲ ਕਹਿਣੀ ਚਾਹੀਦੀ ਹੈ ਵੀ ਤੁਸੀਂ ਆਓ ਦਿੱਲੀ ਆਓ ਅਤੇ ਆਣ ਕੇ ਸੰਘਰਸ਼ ਨੂੰ ਤੇਜ਼ ਕਰੀਏ ਤਾਂ ਕਿ ਇਸ ਸਰਕਾਰ ਨੂੰ ਨੱਥ ਪੈ ਸਕੇ ਇਹ ਸਰਕਾਰ ਏਡੀ ਮਾੜੀ ਸਰਕਾਰ ਅਤੇ ਬੇਈਮਾਨ ਸਰਕਾਰ ਆ ਭਈ ਇਹ ਕਾਨੂੰਨ ਨੂੰ ਲੰਮਿਆਂ ਪਾਉਣ ਵਾਸਤੇ ਇਸ ਕਰਕੇ ਲੰਮੇ ਪਾ ਰਹੀ ਆ ਵੀ ਪੰਜਾਬ ਇਹ ਸਟੇਟਾਂ ਦੇ ਜਿਹੜੇ ਹੱਕ ਨੇ ਕੀਮਤਾਂ ਨਿਰਧਾਰਨ ਕਰਨ ਵਾਲੇ ਹੱਕ ਨੇ ਉਹ ਖੋਏ ਜਾਣ ਅਤੇ ਸੈਂਟਰ ਗੌਰਮੈਂਟ ਦੇ ਕਬਜ਼ੇ ਵਿੱਚ ਆ ਜਾਣ ਸੈਂਟਰ ਗੌਰਮੈਂਟ ਦੇ ਕਬਜ਼ੇ 'ਚ ਇਹ ਹੱਕ ਆ ਗਏ ਜਾਂ ਅਸੀਂ ਇਹ ਮੰਨ ਹੀ ਜਾਈਏ ਵੀ ਦੋ ਤਿੰਨ ਸਾਲ ਠਹਿਰ ਜਾਓ ਅਸੀਂ ਕਾਨੂੰਨ ਨਾਲ ਬਲਾਓ ਅਤੇ ਇਹਨਾਂ ਦੀ ਆਪਣੀ ਤਾਕਤ ਬਣ ਜਾਣੀ ਆ ਵੀ ਸਾਡੇ ਕਾਨੂੰਨਾਂ ਨੂੰ ਲੋਕ ਮੰਨਦੇ ਨੇ ਅਤੇ ਅਸੀਂ ਅਸੀਂ ਸਾਰੇ ਸਟੇਟਾਂ 'ਤੇ ਹੱਕ ਖੋ ਕੇ ਕੀਮਤ ਆਪ ਲਾਵਾਂਗੇ ਕੀਮਤ ਕੀ ਲਾਉਣੀ ਆ ਇਹ ਸਿਰਫ ਲੁੱਟ ਦੀ ਗੱਲ ਆ ਜਿੱਦਾਂ ਲੁੱਟਿਆ ਜਾਵੇ ਤੁਸੀਂ ਥੋੜ੍ਹੇ ਚਿਰ ਵੇਖੋ ਦਿੱਲੀ ਤੋਂ ਕਸ਼ਮੀਰ ਤੋਂ ਸੇਬ ਆਉਂਦਾ ਸੀ ਕਿ ਸਾਰੇ ਗਰੀਬ ਅਮੀਰ ਕੋਈ 40-50 ਰੁਪਏ ਕਿਲੋ ਲੈ ਕੇ ਖਾ ਲੈਂਦਾ ਸੀ ਐਰਕਾ ਇਹਨਾਂ ਨੇ ਕਰਾਣਿਆਂ ਨੇ ਅੰਬਾਨੀ ਡਰਾਨੀ ਨੇ ਖਰੀਦ ਲਏ ਨੇ ਜਿਹੜੇ ਚੰਗੇ ਸੇਬ ਨੇ 15 ਤੋਂ 20-25 ਰੁਪਏ ਖਰੀਦ ਕੇ ਅਤੇ ਹੁਣ 150-200 ਰੁਪਏ ਕਿਲੋ ਵੇਚ ਰਹੇ ਨੇ ਇਹ ਤੁਹਾਡੇ ਸਾਹਮਣੇ ਇਹਨਾਂ ਦੇ ਵਪਾਰ ਦੀ ਮਿਸਾਲ ਆ ਇਹ ਮੋਦੀ ਇਹੋ ਗੱਲ ਚਾਹੁੰਦਾ ਵਾ ਵੀ ਇਹਨਾਂ ਦੀ ਕਣਕ ਵਿਕੇ ਨਾ ਇਹ ਮੇਰੇ ਕੋਲ ਵੇਚਣ ਇੱਕ ਕਿਲੋ ਜਵਾਰ ਦੇ ਉੱਤੋਂ ਕਸਟਰਡ ਪਾਊਡਰ ਬਣਾ ਕੇ ਅਤੇ 1000 ਦਾ ਕਿਲੋ ਵੇਚਣ ਰਹੇ ਨੇ ਕਾਰਖਾਨਿਆਂ ਨੂੰ ਇੰਨੀ ਪਹਿਲ ਦੇਣ ਰਹੇ ਨੇ ਇੱਕ ਕਿਲੋ ਕਣਕ ਦੇ ਵਿੱਚੋਂ ਜਾਂ 1 ਕਿਲੋ ਆਲੂ 5 ਰੁਪਏ 10 ਰੁਪਏ ਦੇ ਲੈ ਕੇ ਅਤੇ ਇਹ 200 ਰੁਪਈਏ ਕਿਲੋ ਦੇ ਉਹ ਚਿਪਸ ਬਣਾ ਕੇ ਵੇਚਦੇ ਨੇ ਸਾਨੂੰ ਇਹਨਾਂ ਲੁੱਟਣਾ ਚਾਹੁੰਦੇ ਨੇ ਵੀ ਇਹਨਾਂ ਦੇ ਆਲੂ ਵੀ ਨਾ ਵਿਕਣ ਇਹਨਾਂ ਦੀ ਕਣਕ ਵੀ ਨਾ ਵਿਕੇ ਅਤੇ ਅਸੀਂ ਫਿਰ ਵੀ ਲੁੱਟ ਲਈਏ ਦੱਸੋ ਅਸੀਂ ਜਾਣਾ ਕਿੱਥੇ ਆ ਜਿਸ ਹੁਣ ਸਾਡੀ ਕਿਸਾਨਾਂ ਦੀ ਹੈ ਹੀ ਹੈ ਵਾ ਸਾਡੀ ਅਣਖ ਦੀ ਵੀ ਲੋੜ ਹੈਗੀ ਆ ਸਾਨੂੰ ਜ਼ਮੀਰ 'ਤੇ ਜਾਗਣਾ ਚਾਹੀਦਾ ਵਾ ਜੇ ਸਾਡੀ ਅਣਖ ਨਾ ਹੁੰਦੀ ਤਾਂ ਸਾਡੇ ਬਾਬੇ ਦਾਦੇ
दाड़ी मुछा मना के अपने मुरबे छड़ के ना आते। वो मुरबे इस करके छड़ के आ गए ने भी अं अणख रख रहे हैं, अस जट हाँ, अं किसान हाँ, गुरु महाराज की दसवें पातशाह के सिख हाँ। जे इनी अणख साढ़े ना होंगी तो कि वही गल ही, लोग भी सिर मुँह मना ही लेंगे ने, साढ़े व्डे भी सिर मुँह मना के तो उत्थे बह के अपने मुरबे सामते तो चंगिया वाहियां करके तो रोटी खाते। लेकिन अणख हुण इन्नी जरूरी हो गई आ भी इस मोदी सरकार ने सानू बेअणख्या करके रख दिता वा, जिहड़ा कि सानू इन्ना तगड़िया होकर पैण की लोड़ आ, डरन की लोड़ कोई नहीं गी। जिहड़ा भी कोई अकाली होवे जां कांग्रेसी होवे, जो बीजेपी वाले का हाल कर रहे हैं, इन्हों का यो हाल हो फिर ही इन्हें पार्लीमेंट में बोलना वा भी किसान औखे ने, नहीं तो ये चुप करके वोटा बटोरन वास्ते आखन रहे हैं भी अं वोटा अपनिया लाँगे, ये लड़ते हैं तो लड़ते रहन। सानू लड़न की लोड़ नहीं, सानू इन्हां नू कसण की लोड़ आ, जिन्ने तगड़े हो गए कसांगे सानू मार नहीं देन लगे, अं इन्हां दे इन्हां तो तगड़े हाँ, साडा बहुमत आ, आह ही बना के इन्हां नू घलना वा। ये सरकार जिहड़ी आ ये भुक लोटू टोला वा, हर एक जा जिधरों मर्जी वड्डी लै ली तो जिधरों मर्जी लै ले पैसे, तो अपने सीमट रेत बजरी वे छड़ी गुंडागर्दी के पैसे कट्ठे करके ये सानू बेवकूफ़ बनाया जा रहा वा। ये बेवकूफ़ बन तो अह डरना नहीं, अही इन मत देनी है जिनी भी हो सके। इस सरकार इस तरह दसना वा भी अं निरे किसान नहीं है, अं दुकानदार भी है, अं दूजे भी है, ये मुलाजमान के भी फिरके भी सट वजनी है। जो इन्होंने अपना कर लिया हूँ भाषा पा के ना वेच दिता वा, वो टाटा वाले ने लै लिया वा, साढ़े गुरुआ कहानियां जड़िया उल्ट पुलट करके लिखन के जिदा मर्जी कहे जोड़ा मर्जी पढ़ा गए। फिर ये भी गल होएगी भी जदों साडा इतिहास तोड़िया मरोड़िया जाएगा तो साढ़े बच्चों साढ़े दूजियां इस गल दे जाणू होण तो बहुत मुश्किल होएगी। जिहड़ा इतिहास है साडा वरकियां दे पन्ने बन के रह जाएगा, सानू समझना लगेगी। इस करके इस सरकार नूं जिन्ना हो सके लोड़ तो वध इन्हां लोकां दे मूँह लाउण दी लोड़ नहीं हैगी, इन्हां नूं उदां ही घूर के ते परां रखणा वा, जिहड़े कि चुप करके वोटां लैके ते आण के साडे ते राज करदे ने, एक दिन हाथ जोड़ लेंदे ने तो मुड़ के पाँच साल साढ़े हाथ जलाउंदे रहिंदे ने। इस करके ये जमीन का मसला जिहड़ा वा इन्हां ने सानू भोले पाले होण करके ये काबू करन तक भी इन्हां इन्हां किहड़ा बोलना वा, उन्हां नूं ये नहीं पता मोदी नूं भी हुण अज दे मुंडे पढ़े लिखे मुंडे ने, लोकां ने इस जमीन के घाटे विचों दस दस भी लख रुपया ला के बाहरले मुल्कां च मुंडे घलने शुरू कर दिते ने, क्योंकि इत्थे वजदा कख नहीं गा। असीं लोग चंगीआं जमीनां होण दे नाते भी करजाई बैठे हाँ, ये करजे साढ़े सरकार ने चढ़ाए ने, जिहड़ा साडा लागत मुल मिलता उहदे तों वी 500 सानू घट कीमत मिलती है। इस करके असीं अपनिया मंगां नहीं रखिया, अपने हक रखे ने, ये हक हां लैण वास्ते सब कुछ करना वा। हक बड़े औखे ले जाते ने, हक जिहड़ा जागदा उह लै सकदा, नहीं तो सुते नूं कोई नहीं दिंदा। तुसीं अपने हकां वास्ते इन्ने तगड़े हो के फिर वो अगलियां नूं डर आवे भी जे अं कोई माड़ी गल कही तो सानू अगों पैणगे। एक गल हो रहा, जे इस सरकार को मनाउण दे लेखे तक आ, मोदी मनोबल हार गया है, लेकिन जिद विच ये जिद सिर्फ नक दी आ भी मेरा नक ना लै जाए, इन साढ़े को धौण लवाउणी आ। हुण जिदन वोटां पईआं ना ये हार जाएगा, यदा नक लाउण दी नक वड्ढण दी लोड़ कोई नहीं, यदी धौण लाउण तक जाणा वा ते ला देंगे, कोई गल नहीं हैगी। ये सरकार ने इदा ही काबू होना वा, जिन्ना चिर नहीं जे बन जाण ठीक है, नहीं तो वोटां तो अगलियां वोटां वालियां नूं ये गल मनाउणी आ भी पहलों साडे काले कानून रद्द किए जाण ते साडा समर्थन मुल रख्या जाए। समर्थन मुल का मतलब हुंदा घट तो घट मुल, इन्हों का वो तो वो मुल हों, चिप्स बना लैन तो वो मुल रख सकते हैं, तो सानू घट तो घट मुल देंगे ने भी तुम घट तो घट मुल लै लो, ये करजा साडा चढ़े ही ता वा। इस करके इस करजे लाने वास्ते साडा हक बनता भी इन्हों आप लड़िए, तो इन्हें तगड़े होकर इन्हों दसीए भी सू अं जागते हैं, इन्हें सानू भोले पाले समझ के आपे कानून बना लेने। अह कोई कानून मंगे नहीं, साढ़े तो थोपे गए ने, कानून मंगते तो चलो अं चुप कर जाते, इन्हें साढ़े तो बदोबदी कानून बना रहे। जिंदाबाद जिंदाबाद। नहीं जिंदाबाद। मुर्दाबाद।
जिंदाबाद। मैं बाहरों आई यूनियन दे विच आईया बीबिया नू दा स्वागत करता हाँ, बहुत 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 स्वागत करता हाँ। बीबिया ने जथे दे रूप विच आण के साडे इस स्टेज नू भाग लाए ने। वाहिगुरू जी का खालसा, वाहिगुरू जी की फतेह। वाहिगुरू जी का खालसा, श्री वाहिगुरू जी की फतेह। जो बीबिया का जथा इत्थे पहुंचिया, सिर दे उत्ते जो पुराना रवाज वो लैके जागो लैके पहुँचे ने, प्रधान जी आए ने, होर नाल उन्हां दे आगू साहिबान आए ने, मेरिया भैन मेरे वीर बहुत बहुत धन्यवाद ताडा इत्थे पहुँचन ते। किसान मोर्चा, किसान मोर्चा, मोदी सरकार, मोदी सरकार। बहुत बहुत धन्यवाद भैनों, बह जाओ झंडे थले रख के बह जाओ। जसबीर सिंह जी खेड़ी राजू, उस तो बाद भुपिंदर।